اعوذ باللہ من الشیطان الرجیم بسم اللہ الرحمن الرحیم السلام علیکم ورحمۃ اللہ وبرکاتہ امتیاز علی سنگیا جی نویں بلاگ نال تہاڈی خدمت وچ حاضر ہاں امید کرنا سارے دوست ٹھیک ٹھاک ہون گے سارے راضی خوش ہون گے سارے اپنے پیاروں نال پیار بن جائیں اپنا نظام زندگی جی رہے ہون گے لو بھائی سجنوں ویلے دوستو تانوں پتہ ہے کہ جسن ڈیلی بلاگ کری دا اج اسا تانوں مینشن کرنا تے تانوں اسا روٹین جیڑی دسنی ہے اج اے ہے ਕਿ ਜਿਹੜਾ ਜਿਸਮ ਦੇ ਉੱਤੇ ਚਿਹਰੇ 'ਤੇ ਹੱਥਾਂ 'ਤੇ ਬਾਜ਼ੂਆਂ 'ਤੇ ਕੋਹਣੀਆਂ 'ਤੇ ਕਮਰ 'ਤੇ ਪੇਟ 'ਤੇ ਲੱਤਾਂ 'ਤੇ ਜਿਸੇ ਵੀ ਕਿਸਮ ਦੇ ਹਿੱਸੇ 'ਤੇ ਇੱਕ ਬਿਮਾਰੀ ਹੈ ਦਦਰੀ ਉਹਦਾ ਵਾਇਰਸ ਜਿਹੜਾ ਨਾ ਉਹ ਸ਼ੁਰੂ ਹੁੰਦਾ ਇੱਕ ਤਿਨਕੇ ਤੋਂ ਹਾਂ ਉਹ ਤੋਂ ਪਹਿਲਾਂ ਮੇਰਾ ਚੈਨਲ ਕਰੋ ਸਬਸਕ੍ਰਾਈਬ ਬੈੱਲ ਆਈਕਾਨ ਦੇ ਬਟਨ ਦਬਾਓ ਅਤੇ ਮੁਕੰਮਲ ਵੀਡੀਓ ਵੇਖਿਓ ਅਤੇ ਉਹਦਾ ਵਾਇਰਸ ਜਿਹੜੀ ਗੱਲ ਕਰ ਰਿਹਾ ਸਾਂ ਇੱਕ ਤਿਨਕੇ ਤੋਂ ਸ਼ੁਰੂ ਹੁੰਦਾ ਯਾਨੀ ਕਿ ਇੱਕ ਦਾਣਾ ਬਣਦਾ ਦਾਣੇ ਤੋਂ ਬਾਅਦ ਉਹ ਫੈਲਦਾ ਕਾਫੀ ਵੱਡਾ ਹੋ ਜਾਂਦਾ ਉਹ ਜ਼ਖਮ ਨਮਾ ਬਣਦਾ ਅਤੇ ਜ਼ਖਮ ਜਿਹੜਾ ਬਹੁਤ ਬੜਾ ਜਿਹਦਾ ਵਿਗੜ ਜਾਂਦਾ ਉਹਦੇ ਜ਼ਖਮਾਂ 'ਚੋਂ ਜ਼ਿਆਦਾ ਖਾਰਸ਼ ਕਰਨ ਨਾਲ ਖੂਨ ਰਿਸਦਾ ਵਰਨਾ ਉਹਦੀ ਬਾਰਡਰ ਬਾਊਂਡਰੀ ਲਾਈਨ ਜਿਹੜੀ ਫੈਲਦੀ ਜਾਂਦੀ ਹੈ ਠੀਕ ਹੈ ਉਹ ਇੱਕ ਐਲਰਜੀ ਦੀ ਬਿਮਾਰੀ ਜਾਂ ਖਾਰਸ਼ ਦੀ ਬਿਮਾਰੀ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਪਰ ਉਹਦਾ ਨਾਂ ਸਪੈਸ਼ਲੀ ਸਾਡੇ ਪਿੰਡ ਥਾਂ ਦੇ ਵਿੱਚ ਉਹਨੂੰ ਦਦਰੀ ਕਿਹਾ ਜਾਂਦਾ ਦਦਰੀ ਦੀਆਂ ਜਨਾਬ ਬੜੀਆਂ ਲੋਕ ਦਵਾਈਆਂ ਖਾਂਦੇ ਨੇ ਬੜੇ ਮਾਮਲਾਤ ਕਰਦੇ ਨੇ ਬੜੇ ਇੰਜੈਕਸ਼ਨ ਲਾਉਂਦੇ ਨੇ ਉਹ ਫਿਰ ਫੁੱਟ ਪੈਂਦੀ ਆ ਫਿਰ ਬਣ ਜਾਂਦੀ ਹੈ ਠੀਕ ਹੈ ਉਹਦੇ ਵਾਸਤੇ ਮੇਰੇ ਕੋਲ ਇੱਕ ਜ਼ੈਫੁਲ ਉਮਰ ਬਜ਼ੁਰਗ ਨੇ ਅਤੇ ਮੈਂ ਜਨਾਬ ਉਹਨਾਂ ਬਜ਼ੁਰਗਾਂ ਨੂੰ ਜਨਾਬ ਬੜੀ ਅੱਛੀ ਤਰ੍ਹਾਂ ਜਾਣਨਾ ਅਤੇ ਬੜੇ ਪਿਆਰੇ ਅੰਦਾਜ਼ ਨਾਲ ਜਾਣਨਾ ਅਤੇ ਬੜੇ ਖੂਬਸੂਰਤ ਅੰਦਾਜ਼ ਨਾਲ ਜਾਣਨਾ ਜਨਾਬ ਉਹ ਕਿਉਂ ਉਹਨਾਂ ਨੂੰ ਇਸ ਤਰ੍ਹਾਂ ਜਾਣਨਾ ਕਿ ਮੈਂ 2-3-4 ਮਰੀਜ਼ ਮੇਰੇ ਸਾਹਿਬਜ਼ਾਦੇ ਹਾਫਜ਼ ਸਾਹਿਬ ਨੂੰ ਵੀ ਹੋਈ ਠੀਕ ਹੈ ਜੀ ਹਾਫਜ਼ ਸਾਹਿਬ ਤੁਹਾਨੂੰ ਹੋਈ ਸੀ ਹਾਂਜੀ ਹਾਂ ਤੁਹਾਨੂੰ ਹੋਈ ਅੱਜ ਤੋਂ 2 ਸਾਲ ਪਹਿਲਾਂ 3 ਅਤੇ ਉਹਨਾਂ ਨੂੰ ਇਹਨਾਂ ਨੂੰ ਉੱਥੇ ਲੈ ਕੇ ਗਿਆ ਹਾਲੇ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਬਜ਼ੁਰਗ ਹੈਗੇ ਨੇ ਕਿਸੇ ਦੋਸਤ ਨੇ ਦੱਸਿਆ ਕਿ ਉਹ ਬਜ਼ੁਰਗ ਨੇ ਤਾਂ ਇਸ ਤਰ੍ਹਾਂ ਕਰਦੇ ਨੇ ਸੂਫੀ ਬਜ਼ੁਰਗ ਨੇ ਠੀਕ ਹੈ ਐਡੇ ਕੋਈ ਪੀਰ ਬਾਬੇ ਨਹੀਂ ਉਹ ਠੀਕ ਹੈ ਅੱਲਾ ਪਾਕ ਉਹਨਾਂ ਦੀ ਜ਼ਬਾਨ 'ਚ ਸ਼ਫਾ ਰੱਖੀ ਹੈ ਅਤੇ ਉਹਨਾਂ ਨੇ ਕਰਨਾ ਕੀ ਹੈ ਜਨਾਬ ਉਹਨਾਂ ਨੇ ਬੇਰੀ ਦੇਣੀ ਬੇਰੀ ਜਾਂ ਮਲਾ ਖਾਰਦਾਰ ਝਾੜੀ ਜਿਹਨੂੰ ਬੇਰੀ ਜਾਂ ਮਲਾ ਕਹਿੰਦੇ ਨੇ ਬੇਰੀ ਜਾਂ ਮਲੇ ਦੀ ਉਹਨਾਂ ਨੇ ਇੱਕ ਸ਼ਾਖ ਲੈਣੀ ਹੈ ਉਹ ਹਰੀ ਸ਼ਾਖ ਨਾਲ ਪੱਤਿਆਂ ਵਾਲੀ ਨਾਲ ਦਮ ਕਰਨਾ ਅਤੇ ਮਰੀਜ਼ ਨੂੰ ਪੁੱਛਣਾ ਉਹਨਾਂ ਨੇ ਕੀ ਹੈ ਕਿ ਕਿੱਥੇ ਹੁੰਦੀ ਆ ਤੈਨੂੰ ਇਹ ਦਦਰੀਆਂ ਹੈ ਕਿੱਥੇ ਨੇ ਜੇ ਤਾਂ ਨੰਗਾ ਕਰਕੇ ਵਿਖਾ ਸਕਦੇ ਹੋ ਜਿਸਮ ਦਾ ਹਿੱਸਾ ਤਾਂ ਬਿਸਮਿਲ੍ਲਾ ਅਤੇ ਜੇ ਕੋਈ ਲੇਡੀਜ਼ ਹੈ ਜਾਂ ਕੋਈ ਬੰਦੇ ਦੇ ਉਹੋ ਜਿਹੀ ਜਗ੍ਹਾ ਪਰਦੇ ਵਾਲੀ ਜਗ੍ਹਾ 'ਤੇ ਦਦਰੀਆਂ ਹੋ ਗਈਆਂ ਨੇ ਉਹ ਜ਼ਖਮ ਹੈ ਉਹ ਬਿਮਾਰੀ ਫੈਲੀ ਹੋਈ ਹੈ ਦਦਰੀ ਜਿਹਨੂੰ ਕਹਿੰਦੇ ਠੀਕ ਹੈ ਅਤੇ ਉਹਦਾ ਉਹ ਦਮ ਕਰ ਦਿੰਦੇ ਨੇ ਅਤੇ ਨਾਲ ਫਿਰ ਉਹ ਕੀ ਗਿਫਟ ਮੰਗਦੇ ਨੇ ਉਹ ਆਉਂਦੇ ਨੇ ਜਾ ਪੀਰ ਗੌਸ ਪਾਕ ਪੀਰ ਅਬਦੁਲ ਸ਼ੇਖ ਕਾਦਰ ਜਲਾਨੀ ਦੇ ਨਾਂ ਦਾ ਆਪਣੇ ਘਰ ਯਾਰਵੀਂ ਦਵਾਈ ਖਤਮ ਸ਼ਰੀਫ ਦਵਾਈ ਉਹਨਾਂ ਦੀ ਰਵਾਹ ਨੂੰ ਰਸਾਲ ਕਰੀ ਤੋਹਫਾ ਦੇਈ ਉਹਨਾਂ ਨੂੰ ਰੱਬ ਤੈਨੂੰ ਸ਼ਫਾ ਦੇ ਦੇਗਾ ਠੀਕ ਹੈ ਜੀ ਅਤੇ ਫਿਰ ਬਾਕੀ ਮਾਮਲਾਤ ਵੀ ਉਹ ਜਨਾਬ ਕਰਦੇ ਨੇ ਸਾਡੇ ਨਾਲ ਅਤੇ ਆਓ ਫਿਰ ਮੈਨੂੰ ਦਦਰੀ ਦਾ ਮਸਲਾ ਬਣ ਗਿਆ ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਵਿਖਾਉਣਾ ਕਿਉਂਕਿ ਮੇਰੀ ਜਿਲਦ ਹੈ ਜ਼ਰਾ ਸਕਿਨ ਯਾਨੀ ਕਿ ਮੇਰੀ ਹੈ ਥੋੜ੍ਹੀ ਬਲੈਕ ਅਤੇ ਮੈਂ ਟਫ ਕੰਮ ਕਰਨ ਵਾਲਾ ਜ਼ਿੰਮੇਦਾਰ ਬੰਦਾ ਜਿਹਨਾਂ ਦੀਆਂ ਨਾਜ਼ਕ ਜਿਲਦਾਂ ਨੇ ਨਾਜ਼ਕ ਸਕਿਨਾਂ ਨੇ ਉਹਨਾਂ ਨੂੰ ਵਜ਼ਾਹਤ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਮੈਨੂੰ ਤਾਂ ਕਾਫੀ ਦਿਨਾਂ ਤੁਸੀਂ ਇਹ ਜਿਹਾ ਕਿ ਤੁਸੀਂ ਵੇਖ ਰਹੇ ਹੋ ਮੇਰਾ ਇਹ ਜਿਸਮ ਜਿਹੜਾ ਥੋੜ੍ਹਾ ਜਿਹਾ ਠੀਕ ਹੈ ਅਤੇ ਇਹ ਜਗ੍ਹਾ ਜਿਹੜੇ ਇਹ ਥਿੰਮ ਬਣਿਆ ਹੋਇਆ ਇਹ ਥਿੰਮ ਬਣਿਆ ਹੋਇਆ ਵਜ਼ਾਹਤ ਕਰਦਾ ਤਕਰੀਬਨ ਇੱਕ ਇਹ ਵੀ ਬਣਿਆ ਹੋਇਆ ਇੱਕ ਇਹ ਵੀ ਬਣਿਆ ਹੋਇਆ ਇਹਨੂੰ ਜਦੋਂ ਨਹਾਈਏ ਜਿੰਨਾ ਮਰਜ਼ੀ ਸਾਫ਼ ਸੁਥਰਾ ਕਰੀਏ ਇਹਨੂੰ ਜਨਾਬ ਜਦੋਂ ਇਸ ਤਰ੍ਹਾਂ ਖਾਰਿਸ਼ ਕਰੀ ਦੀਏ ਨਾ ਬਹੁਤ ਜ਼ਿਆਦਾ ਮਜ਼ਾ ਆਉਂਦਾ ਅਤੇ ਬਾਅਦ ਔਕਾਤ ਇਸ ਤਰ੍ਹਾਂ ਮੈਂ ਕਰਨ ਖਾਰਿਸ਼ ਕਰਨਾ ਅਤੇ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ ਹਾਲੇ ਮੇਰੀਆਂ ਦੋਨੋਂ ਟਾਂਗਾਂ 'ਤੇ ਥੋੜ੍ਹੀ ਥੋੜ੍ਹੀ ਬਣੇ ਨੇ ਵਾਇਰਸ ਥੋੜ੍ਹਾ ਥੋੜ੍ਹਾ ਇਹ ਬਿਮਾਰੀ ਥੋੜ੍ਹੀ ਹੈ ਮੈਂ ਨਹੀਂ ਚਾਹੁੰਦਾ ਕਿ ਮੇਰੇ ਜਿਸਮ 'ਤੇ ਜ਼ਿਆਦਾਤਰ ਫੈਲ ਜੇ ਠੀਕ ਹੈ ਅਸੀਂ ਹੁਣ ਚੱਲਣੇ ਹਾਂ ਅਤੇ ਮੇਰਾ ਦਿਲ ਕਰਦਾ ਕਿ ਮੈਂ ਆਪਣੀ ਵਾਈਫ ਨੂੰ ਵੀ ਨਾਲ ਲੈ ਕੇ ਜਾਵਾਂ ਵਾਈਫ ਨੂੰ ਮਗਰ ਬਿਠਾ ਲਾਂਗਾ ਰੌਣਕੇ ਗੱਪਾਂ ਸ਼ਾਪਾਂ ਲਾਉਂਦੇ ਚੱਲਦੇ ਹਾਂ ਇੱਥੋਂ ਤਕਰੀਬਨ ਨਾ 18-20 ਕਿਲੋਮੀਟਰ ਦੀ ਮੇਰੇ ਇਸ ਘਰ ਤੋਂ ਮੇਰੇ ਇਸ ਟਾਊਨ ਤੋਂ ਮੇਰੀ ਇਸ ਰਹਾਇਸ਼ਗਾਹ ਤੋਂ ਤਕਰੀਬਨ 18-20 ਕਿਲੋਮੀਟਰ ਦੀ ਦੂਰੀ 'ਤੇ ਇਹ ਮਾਮਲਾਤ ਨੇ ਅੱਲਾ ਉਹਨਾਂ ਦੀ ਹਯਾਤੀ ਦੇ ਅੱਲਾ ਉਹਨਾਂ ਸਿਹਤ ਦੇ ਅਤੇ ਦੁਆ ਕਰਨੇ ਕਿ ਸਾਨੂੰ ਮਿਲ ਜਾਣ ਜੇ ਗਏ ਉਹ ਮਿਲ
ਤਾਂ ਫਿਰ ਇਨਸ਼ਾਅੱਲਾ ਸ਼ਾਰਟ ਜੀ ਮੁਲਾਕਾਤ ਕਰਾਵਾਂਗੇ। ਕੋਸ਼ਿਸ਼ ਕਰਾਂਗੇ ਕਿ ਬਜ਼ੁਰਗਾਂ ਨੂੰ ਦੱਸਣ ਤੋਂ ਬਗੈਰ ਹੀ ਥੋੜ੍ਹਾ ਜਿਹਾ ਗੁੰਮ ਸਮਝਿਆ ਕੈਮਰਾ ਮਾਰੀਏ, ਕਿਉਂਕਿ ਬਜ਼ੁਰਗ ਸ਼ਖਸੀਅਤ ਨੇ ਅਤੇ ਬੁਰਾ ਨਾ ਮਹਿਸੂਸ ਕਰ ਦੇਣ। ਮਤ ਉਹ ਨਾ ਹੋਏ ਕਿ ਤੁਹਾਨੂੰ ਵਿਖਾਲਦਿਆਂ ਮੈਂ ਆਪਣੇ ਕੰਮ ਤੋਂ ਜਾਂਦਾ ਰਹਾਂ। ਐਸਾ ਨਾ ਹੋਏ ਕਿ ਮੈਂ ਵਿਖਾਵਾਂ ਤੁਹਾਨੂੰ, ਚਲੋ ਜੀ ਹਾਂ ਬਾਬੇ ਹੋਰੀ ਦਦਰੀਆਂ ਦਮਕਾ ਦੋ, ਕਹਿੰਦੇ ਚੱਲ ਤੂੰ ਮੇਰੀ ਵੀਡੀਓ ਬਣਾ। ਦੇਸੀ ਬੰਦੇ ਨੇ ਨਾ, ਤੂੰ ਮੈਨੂੰ ਕੈਮਰੇ ਦੇ ਨੱਟ 'ਤੇ ਚਾੜ ਛੜਿਆ, ਚੱਲ ਨਿਕਲਦਾ ਉਹ ਦਮ ਹੋਰ ਕੀ ਤੂੰ ਕਰਵਾ ਲਈ। ਠੀਕ ਹੈ, ਕੋਸ਼ਿਸ਼ ਕਰਾਂਗੇ ਖਮੋਸ਼ ਜਿਹਾ ਕੈਮਰਾ ਮਾਰੀਏ, ਜਿੰਨਾ ਕੁ ਵਜੇ 20 ਸੈਕਿੰਡ 30 ਸੈਕਿੰਡ 1 ਮਿੰਟ 1.5 ਮਿੰਟ ਜਿੰਨੀ ਦੇਰ ਦਮ ਕਰਦਿਆਂ ਹੋਇਆ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹਨਾਂ ਦਾ ਫੇਸ ਵਿਖਾਈਏ, ਦਮ ਕਰਦਿਆਂ ਵਿਖਾਈਏ। ਬਾਕੀ ਮੈਂ ਚੱਲਾਂ ਇਸ ਕੰਮ, ਤੁਸੀਂ ਰਹਿਣਾ ਮੇਰੇ ਨਾਲ ਨਾਲ। ਹੁਣ ਚੱਲਣੇ ਆ, ਤੁਹਾਨੂੰ ਰੋਡ ਵਿਖਾਉਂਦੇ ਹਾਂ, ਖੇਤ ਵਿਖਾਉਂਦੇ ਹਾਂ, ਅਤੇ ਜੇ ਕੋਈ ਰਾਹ ਦੇ ਵਿੱਚ ਕੋਈ ਨਿਆਬ ਕੰਮ ਹੋਇਆ ਤਾਂ ਉਹ ਵਿਖਾਉਂਦੇ ਹਾਂ। ਤੁਸੀਂ ਰਹਿਣਾ ਮੇਰੇ ਨਾਲ ਨਾਲ, ਚੱਲਣੇ ਆ ਹੁਣ ਬੇਗਮ ਨੂੰ ਮਗਰ ਬਿਠਾ ਲੈਣਾ, ਅਤੇ ਮੈਂ ਹੁਣ ਜਿਹੜਾ ਬਾਈਕ 'ਤੇ ਚੱਲਣਾ ਉੱਥੇ, ਅਤੇ ਪਿੰਡ ਦਾ ਨਾਂ ਤੁਹਾਡੇ ਨਾਲ ਬਾਅਦ 'ਚ ਆਖਰ 'ਤੇ ਮੈਨਸ਼ਨ ਕਰਾਂਗਾ ਇਨਸ਼ਾਅੱਲਾ ਇਨਸ਼ਾਅੱਲਾ, ਜੇ ਮੈਨੂੰ ਇਹ ਮਾਮਲਾ ਮੇਰਾ ਸੈੱਟ ਹੋ ਗਿਆ ਸੀ। ਠੀਕ ਹੈ, ਉਹਨਾਂ ਲੈਣਾ ਕੁਛ ਨਹੀਂ, ਫੀਸ ਵੀ ਲੈ ਲਾ ਦਮ ਕਰਦੇ ਨੇ, ਕੋਈ ਪੈਸਾ ਨਹੀਂ, ਤੁਸੀਂ ਆਪਣਾ ਤੇਲ ਪਾਣੀ ਖਰਚਾ ਖਰਚ ਕੇ ਜਾਣਾ, ਅਤੇ ਬੜੇ ਹੀ ਅੱਛੇ ਬਜ਼ੁਰਗ ਨੇ, ਅੱਲਾ ਵਾਸਤੇ ਦਮ ਕਰਦੇ ਨੇ, ਅੱਲਾ ਵਾਸਤੇ। ਠੀਕ ਹੈ, ਅਤੇ ਉਹਨਾਂ ਅੱਲਾ ਵਾਸਤੇ ਜਿਹੜੇ ਦਮ ਕਰਦੇ ਨੇ ਨਾ, ਫੂਕ ਮਾਰਦੇ ਨੇ, ਦਵਾਈ ਦਿੰਦੇ ਨੇ, ਰੱਬ ਉਹਨਾਂ ਦੀਆਂ ਜ਼ਬਾਨਾਂ ਦੇ ਵਿੱਚ ਤਸੀਰ ਰੱਖਦਾ, ਅਸਰ ਰੱਖਦਾ, ਯਕੀਨ ਕਾਮਲ ਅਤੇ ਪੀਰ ਕਾਮਲ। ਆਓ ਫਿਰ ਹੁਣ ਚੱਲੀਏ, ਨਿਕਲ ਆਇਆ ਰੋਡ ਪਾਸੇ ਦਾ, ਬੜਾ ਹੀ ਪਿਆਰਾ ਜਿਹਾ ਸਾਡਾ ਗ੍ਰੀਨ ਗ੍ਰੀਨ ਪਾਕਿਸਤਾਨ ਅਤੇ ਗ੍ਰੀਨ ਪੰਜਾਬ ਆ, ਮੂੰਗੀ ਦੀ ਫਸਲ ਲੋਕ ਲਾ ਰਹੇ ਨੇ ਅਤੇ ਮਾਸ਼ਾਅੱਲਾ ਅਲਹਮਦੁਲਿਲਾ ਜਨਾਬ, ਮੂੰਗੀ ਦੀ ਫਸਲ ਲੋਕ ਲਾ ਰਹੇ ਅਤੇ ਬੜੀ ਖੂਬਸੂਰਤੀ ਨਾਲ ਮਿਹਨਤ ਕਰ ਲੋਕ ਮਿਹਨਤ ਕਰ ਰਹੇ ਨੇ। ਅਸੀਂ ਚੱਲੇ ਹਾਂ ਦਮ ਕਰਵਾਉਣ, ਅਤੇ ਇਹ ਸਾਡਾ ਰੋਡ ਬਣਿਆ, ਇਹ ਰੋਡ ਉਹ ਵਾਲਾ ਹੈ ਜਿਹੜਾ ਚਾਰ ਤੋੜ ਤੋਂ ਕਰਤਾਰਪੁਰ ਗੁਰਦੁਆਰਾ ਜਿਹਨੂੰ ਕਹਿੰਦੇ ਨੇ, ਸਿੱਖਾਂ ਦੀ ਆਬਾਦਤ ਗਾਹ ਜਿਹੜਾ ਰੋਡ ਜਾਂਦਾ ਹੈ, ਉਹ ਰੋਡ ਹੈ ਸਿਆਲਕੋਟ ਤੋਂ ਸਿਆਲਕੋਟ ਟੂ ਗੁਰਦੁਆਰਾ ਰੋਡ। ਠੀਕ ਹੈ, ਕਰਤਾਰਪੁਰ ਇਹ ਉਸ ਏਰੀਏ ਦੇ ਪਿੰਡ ਵਾ ਗਿਆ, ਅਤੇ ਚਲੋ ਆਓ ਬਾਕੀ ਗੱਲਾਂ ਕੀ ਚੱਲ ਕੇ ਕਰ। ਲੱਗੇ ਹਾਂ ਥੱਲੇ ਉਤਰਨ, ਕੱਚਾ ਰਸਤਾ ਇਸ ਪਿੰਡ ਨੂੰ ਜਾਂਦਾ ਐਸ ਰੋਡ ਤੋਂ, ਉਸ ਤਰ੍ਹਾਂ ਵੈਸੇ ਸਾਈਡਾਂ ਤੋਂ ਹੋਰ ਵੀ ਰਸਤੇ ਕਾਫੀ ਨੇ, ਅਤੇ ਇਹ ਜਿਹੜਾ ਕੱਚਾ ਜਿਹਾ ਗੰਦਾ ਜਿਹਾ ਰਸਤਾ, ਇਸ ਰਸਤੇ ਜਾਣਾ ਉਹ ਦੂਰ ਜਿਹੜਾ ਪਿੰਡ ਨਜ਼ਰ ਆ ਰਿਹਾ, ਉਸ ਪਿੰਡ ਅਸੀਂ ਜਾਣਾ ਦਮ ਕਰਵਾਉਣ। ਠੀਕ ਹੈ, ਜਦਰੀਆਂ ਦਾ ਆ ਗਏ ਹਾਂ, ਅਤੇ ਦੁੱਧ ਦੀ ਤਵਾਜ਼ੇ ਨਾ ਸਾਡੀ ਕਰ ਦਿੱਤੀ ਹੈ ਅੱਲਾਹ ਪਾਕ, ਇਹਨਾਂ ਦੇ ਅਮਲ 'ਚ ਰੱਬ ਇਹਨਾਂ ਨੂੰ ਨੂਰ ਦੇ, ਅੱਲਾਹ ਪਾਕ ਇਹਨਾਂ ਦੇ ਅਮਲ 'ਚ ਬਰਕਤਾਂ ਦੇ, ਅਤੇ ਇਹ ਉਹ ਬਜ਼ੁਰਗ ਨੇ ਸੈਫੁਲ ਉਮਰ, ਅਤੇ ਅੱਲਾਹ ਪਾਕ ਇਹਨਾਂ ਦੀ ਉਮਰ ਖਿਜ਼ਰ ਕਰੇ, ਇਹਨਾਂ ਦੇ ਹੱਥ ਸੋਹਣੇ ਰੱਬ ਨੇ ਸ਼ਵਾ ਰੱਖੇ। ਜਿਸ ਕਰਕੇ ਮੈਂ ਤੁਹਾਨੂੰ ਦੱਸਿਆ ਜੀ ਕਿ ਦੱਦਰੀਆਂ ਦੇ ਮੁਤਲਕਾ ਇਹ ਦਮ ਕਰਦੇ ਨੇ, ਅਤੇ ਪੀਰ ਗੋਸ ਪਾਕ ਦਾਦੇ ਨੇ ਜਾ ਕੇ ਖਤਮ ਦਵਾਓ, ਲੈਣਾ ਦੇਣਾ ਇਹਨਾਂ ਨੇ ਕੁਛ ਨਹੀਂ, ਫੀਸ ਵੀ ਲੈਣਾ। ਅਤੇ ਜਨਾਬ ਇਹਨਾਂ ਨਾਲ ਮੁਲਾਕਾਤ ਲਈ ਆ, ਹੁਣ ਇਹ ਨਾ ਤਾਂ ਨਹੀਂ ਡੇ ਨੇ ਮਗਾਨ ਪੇਰੀ ਦੀ, ਅਤੇ ਦਮ ਕਰਦੇ ਨੇ ਤੁਸੀਂ ਰਹਿਣਾ ਸਾਡੇ ਨਾਲ ਨਾਲ, ਫਿਰ ਤੁਹਾਨੂੰ ਇਹਨਾਂ ਦਾ ਪਿੰਡ ਦੱਸਾਂਗੇ। ਜੇ ਕਿਸੇ ਨਾਲ ਕੋਈ ਮਸਲਾ ਬਣਿਆ ਤਾਂ ਇਹਨਾਂ ਦੀ ਖਿਜ਼ਰ ਉਮਰੀ ਦੀ, ਯਾਨੀ ਕਿ ਇਹਨਾਂ ਦੀ ਲੰਬੀ ਉਮਰ ਦੀ ਦੁਆ ਵੀ ਤੁਸੀਂ ਕਰਨੀ ਹੈ, ਦੁਆ ਵੀ ਕਰਨੀ ਹੈ, ਅਤੇ ਇਹਨਾਂ ਕੋਲ ਫੈਲ ਜੇ ਲੈਣਾ,
ਫਿਰ ਤੁਸੀਂ ਆ ਕੇ ਆਪਣੀ ਬਿਮਾਰੀ ਵਾਸਤੇ ਦਮ ਕਰਵਾ ਸਕਦੇ ਹੋ। ਅੱਲਾ ਪਾਕ ਨਾਲ ਸਿਹਤ ਬਿਸਮਿਲ੍ਲਾਹ ਰਹਿਮਾਨ ਰਹੀਮ। ਬਾਕੀ ਗੋਡਿਆਂ ਤੋਂ ਥੱਲੇ ਥੱਲੇ ਹੀ ਆ। ਦਵਾਈ ਕਰਕੇ ਕੋਈ ਚੀਜ਼ ਨੀ ਆ ਮਲਣੀ, ਕੋਈ ਸ਼ੈ ਨੀ। ਠੀਕ ਹੈ, ਇਹਨੂੰ ਟਾਂਕੇ ਨਾਲ ਅੰਦਰ ਅੰਦਰ ਡੰਗਣਾ। ਠੀਕ ਹੈ, ਠੀਕ ਹੈ। ਕਿਉਂ
ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਠੀਕ ਹੈ। ਠੀਕ ਹੈ ਲੋ ਜੀ, ਇਹ ਇਹਨਾਂ ਨੇ ਸਾਨੂੰ ਬੇਰੀ ਦੇ ਟਾਹਣੀ ਨਾਲ, ਬੇਰੀ ਜੰਗਲੀ ਬੇਰੀ ਦੀ ਟਾਹਣੀ ਦੇ ਨਾਲ, ਹਰੀ ਟਾਹਣੀ ਦੇ ਨਾਲ ਮਲੈ, ਇਹਦੀ ਮਲੇ ਦੀ ਟਾਹਣੀ, ਇਹ ਮਲੇ ਦੀ ਹੈ ਟਾਹਣੀ, ਮਲੇ ਦੀ ਟਾਹਣੀ ਲੈ ਕੇ ਆਉਣਾ ਹੈ। ਜਿਹੜਾ ਸਾਡਾ ਵੀਡੀਓ ਵੇਖ ਰਿਹਾ, ਇਹ ਦਦਰੀਆਂ ਵਾਸਤੇ ਬਹੁਤ ਹੀ ਇਹਨਾਂ ਦਾ ਕਾਰਾਮਦ ਦਮ ਹੈ। ਅੱਲਾ ਪਾਕ ਨੇ ਇਹਨਾਂ ਨੂੰ ਨਵਾਜ਼ਿਆ, ਅੱਲਾ ਪਾਕ ਨੇ ਦਿੱਤਾ, ਅਤੇ ਇਹਨਾਂ ਨੇ ਕੋਈ ਚੀਜ਼ ਨਹੀਂ ਸਾਡੇ ਕੋਲ ਲਈ, ਇਹ ਅੱਲਾ ਸ਼ਾਹਦ ਜਾਣਦਾ। ਇਹਨਾਂ ਨੇ ਕਿਹਾ ਕਿ ਪੀਰ ਯਾਰਵੀਂ ਵਾਲੇ ਪੀਰ ਗੌਸ ਪਾਕ ਦੇ ਨਾਮ ਦਾ, ਮੇਰੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਂ ਦੀ ਸ਼ਰੀਨੀ ਲਿਓ, ਉਹਨਾਂ ਦੀ ਰਵਾਹ ਨੂੰ, ਉਹਨਾਂ ਦੇ ਤੋਹਫ਼ਾ ਹਦੀਆ ਤਨ ਪੇਸ਼ ਕਰਿਓ, ਪਰ ਭਰਾ ਕੇ ਕਲਾਮੀ ਇਲਾਹੀ ਅਤੇ ਖਤਮ ਸ਼ਰੀਫ ਦਵਾਉਣਾ, ਠੀਕ ਹੈ। ਅਤੇ ਇਹਦੀ ਬੇਹੁਰਮਤੀ ਨਹੀਂ ਹੁੰਦੇ ਨਹੀਂ, ਯਾਨੀ ਕਿ ਅਸੀਂ ਇੰਨੀ ਦੇਰ ਤੱਕ ਇਸ ਸ਼ਾਖ ਨੂੰ ਅੰਦਰ ਸੰਭਾਲ ਕੇ ਰੱਖਣਾ, ਜਿੰਨੀ ਦੇਰ ਤੱਕ ਇਹਦੇ ਪੱਤੇ ਟਾਹਣੀ ਖੁਸ਼ਕ ਨਾ ਹੋ ਜੇ, ਜੂੰ ਹੀ ਖੁਸ਼ਕ ਹੋ ਜੇ ਸਾਫ਼ ਚੱਲਦੇ ਹੋਏ ਪਾਣੀ 'ਚ, ਜਿਸ ਤਰ੍ਹਾਂ ਕੋਈ ਨਦੀ ਹੈ, ਕੋਈ ਨਾਲਾ ਹੈ, ਕੋਈ ਨਹਿਰ ਹੈ, ਕੋਈ ਦਰਿਆ ਹੈ, ਸਾਫ਼ ਚੱਲਦੇ ਪਾਣੀ ਬਹਾ ਦੇਣਾ। ਅਤੇ ਜਿੱਦਣ ਇਹ ਖੁਸ਼ਕ ਹੋ ਗਈ, ਇਹ ਬਾਬੇ ਹੋਰੀ ਜੀ ਅਗਵਾਹ ਨੇ, ਇਹ ਤੁਸੀਂ ਇਸ ਪਿੰਡ ਦੇ ਹੀ ਹੋ, ਇਹ ਜੀ ਅਗਵਾਹ ਨੇ, ਕਹਿੰਦੇ ਜਦੋਂ ਖੁਸ਼ਕ ਹੋ ਗਈ ਉਸ ਦਿਨ ਇਹ ਦਦਰੀ ਵੀ ਸਾੜਾ ਜਿਹੜਾ ਨਾ ਖਾਰਿਸ਼ ਦਾ, ਖੁਸ਼ਕ ਜੀ ਖਾਰਿਸ਼ ਹੁੰਦੀ ਹੈ ਦਦਰੀ ਨਮਾ, ਠੀਕ ਹੈ, ਡੈਮੇਜ ਜੇ ਬਣੇ ਹੁੰਦੇ ਨੇ, ਲੀਲੀ ਕੰਪਾਊਂਡਰੀ ਬਣਾਉਂਦੀ ਹੈ, ਠੀਕ ਹੈ, ਇਹ ਖਤਮ ਹੋ ਜਾਏਗੀ। ਲਓ ਫਿਰ ਦੁਆਵਾਂ 'ਚ ਯਾਦ ਰੱਖਣਾ, ਆਪਣਾ ਅਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਣਾ, ਸਾਡੇ ਬਜ਼ੁਰਗਾਂ ਦੀ ਉਮਰ ਖਿਜ਼ਦੀ ਦੀ ਦੁਆ ਕਰ ਰਹੀ ਹੈ, ਅਤੇ ਅੱਲਾ ਪਾਕ ਤੁਹਾਨੂੰ ਆਪਣੇ ਹਿੱਸੇ ਹੀ ਮਾਨ 'ਚ ਰੱਖੇ। ਹੁਣ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਇਹ ਕਿਹੜੀ ਜਗ੍ਹਾ ਅਸੀਂ ਆਏ ਹਾਂ। ਦੋਸਤੋ, ਮੁਲਕੇ ਪਾਕਿਸਤਾਨ ਚੜ੍ਹਦਾ ਪੰਜਾਬ, ਠੀਕ ਹੈ ਜੀ, ਡਿਵੀਜ਼ਨ ਗੁਜਰਾਂਵਾਲਾ, ਠੀਕ ਹੈ ਜੀ, ਉਸ ਤੋਂ ਅੱਗੇ ਚਲੀ ਗਏ ਇੱਥੇ ਜ਼ਿਲ੍ਹਾ ਨਾਰੋਵਾਲ, ਜ਼ਿਲ੍ਹਾ ਨਾਰੋਵਾਲ ਦੇ ਵਿੱਚ ਨਾਰੋਵਾਲ ਵਾਲੀ ਸਾਈਡ ਤੋਂ ਸ਼ਕਰਗੜ੍ਹ ਰੋਡ 'ਤੇ ਆਈਏ ਨਾ, ਉੱਥੋਂ ਕਰਾਣਾ ਵਾਲਾ ਫਾਟਕ ਜੋ ਰੋਡ ਨਿਕਲਦਾ, ਉਸ ਰੋਡ ਤੋਂ ਥੱਲੇ ਥੋੜ੍ਹਾ ਐਂਟਰ ਕਰੀਏ ਪਹਾੜ ਵਾਲੀ ਸਾਈਡ ਨੂੰ, ਅਤੇ ਪਿੰਡ ਆ ਹਰਾਵਾਂ, ਲੇਲਾਂ ਅਤੇ ਹਰਾਵਾਂ ਦੋ ਪਿੰਡ ਕਰੀਬ ਕਰੀਬ ਨੇ, ਇਹ ਹਰਾਵਾਂ ਦੇ ਰਹਿਣ ਵਾਲੇ ਨੇ, ਨਾਮ ਇਹਨਾਂ ਦਾ ਮੁਹੰਮਦ ਸਦੀਕ, ਠੀਕ ਹੈ ਜੀ। ਅਤੇ ਇਹਨਾਂ ਨੂੰ ਜੇ ਕਿਸੇ ਨੇ ਮਿਲਣਾ ਹੋਏ ਤਾਂ ਆ ਕੇ ਇੱਥੇ ਹਰਾਵਾਂ ਪਿੰਡ ਦੇ ਵਿੱਚ, ਜ਼ਿਲ੍ਹਾ ਨਾਰੋਵਾਲ 'ਚ ਹਰਾਵਾਂ ਪਿੰਡ, ਠੀਕ ਹੈ, ਅਤੇ ਜ਼ਿਲ੍ਹਾ ਨਾਰੋਵਾਲ ਇੱਥੋਂ ਤਕਰੀਬਨ ਬਹੁਤੀ ਦੂਰੀ 'ਤੇ ਨਹੀਂ, 5-8 ਕਿਲੋਮੀਟਰ ਹੋਣਾ, ਇੱਥੋਂ 10 ਕਿਲੋਮੀਟਰ ਇੱਥੋਂ ਦੂਰੀ ਹੈ ਜ਼ਿਲ੍ਹਾ ਸਿਟੀ, ਠੀਕ ਹੈ ਜੀ, ਜ਼ੂਨ ਨਾਰੋਵਾਲ, ਇਹ ਤੁਹਾਨੂੰ ਮੁਕੰਮਲ ਪਤਾ ਦਿੱਤਾ। ਅਤੇ ਜੇ ਮੇਰੀ ਆਈ ਡੀ ਜਾ ਕੇ ਮੇਰੇ ਨੰਬਰ 'ਤੇ ਫੋਨ 'ਤੇ ਮੈਨਸ਼ਨ ਕਰਨੀ ਹੋਏ, ਕੋਈ ਗੱਲਬਾਤ ਦੱਸਣੀ ਹੋਏ, ਪੁੱਛਣੀ ਹੋਏ, ਮਜ਼ੀਦ ਕਮੈਂਟਸ ਦੇ ਜ਼ਰੀਏ ਮੈਂ ਤੁਹਾਡੀ ਸ਼ਫਾਇਆਬੀ ਵਾਸਤੇ ਤੁਹਾਡੇ ਨਾਲ ਤੁਆਮਨ ਕਰਾਂਗਾ। ਦੁਆਵਾਂ 'ਚ ਯਾਦ ਰੱਖਣਾ, ਆਪਣੇ ਅਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਣਾ, ਸਾਡੇ ਹੱਕ ਦਾ ਦੁਆ ਕਰਨੀ ਹੈ। ਅਤੇ ਅਸੀਂ ਹੁਣ ਚੱਲੀਏ ਆਪਣੇ ਘਰ ਨੂੰ, ਪੱਠੇ ਦਿੱਤੇ ਦਾ ਟਾਈਮ ਹੋ ਗਿਆ, ਬਜ਼ੁਰਗਾਂ ਕੋਲ ਲਈ ਇਜਾਜ਼ਤ, ਅੱਲਾ ਨਿਗਹਿਬਾਨ, ਅਸਲਾਮੁਅਲੈਕੁਮ।